ਨਹੀਂ ਕੋ ਨਹੀਂ ਯਾਰ ਦੇਖਣ ਵਾਲੇ ਤਮਾਮ ਦੋਸਤਾਂ ਨੂੰ ਜਨਾਬ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ ਇਹ ਗੁਜਰਾਂਵਾਲੇ ਦਾ ਮਜ਼ਾ ਫਾਤੀ ਗਾਉਂ ਹੈ ਪਿੰਡ ਢੀਂਡਸੇ ਢੀਂਡਸੇ ਗਾਉਂ ਹੈ ਦੋਸਤੋ ਇਹ ਜਿਹੜੀ ਤਕਰੀਬ ਹੈ ਉਸਤਾਦ ਚੌਧਰੀ ਮੋਹਿੰਦ ਨਵਾਜ਼ ਘੁੰਮਣ ਪਾਰਟੀ ਦੀ ਹੈ ਇਹ ਸੀਨੀਅਰ ਸ਼ਖਸੀਅਤ ਜਦ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਉਸਤਾਦ ਹਾਜੀ ਸ਼ਫਕਤ ਚੀਮਾ ਸਾਹਿਬ ਇਹਨਾਂ ਦੀ ਮਹਿਮਾਨ ਸ਼ਖਸੀਅਤ ਨੇ ਅਸੀਂ ਵੈਲਕਮ ਕਰਦੇ ਹਾਂ ਇਹਨਾਂ ਜਨਾਬ ਪਾਕਿਸਤਾਨ ਉਸਤਾਦ ਹਨੀ ਹਲਾਲ ਸਾਹਿਬ ਹਾਂ ਸ਼ਾਗਿਰਦ ਉਸਤਾਦ ਮੋਹਿੰਦ ਨਵਾਜ਼ ਬੜੀ ਖੁਸ਼ੀ ਹੈ ਜਨਾਬ ਮੇਰੇ ਪੀਰ ਭਾਈ ਨੇ ਸਾਰੇ ਉਸਤਾਦ ਇਜਾਜ਼ ਸਾਹਿਬ ਵੀ ਬੈਠੇ ਨੇ ਜਨਾਬ ਇੱਥੋਂ ਦੇ ਮਸ਼ਹੂਰ ਮਰੂਫ ਨੇ ਇਹ ਜਨਾਬ ਜਿਹੜੇ ਸਾਡੇ ਦੋਸਤ ਨੇ ਸਟਾਂਦਰਾਂ ਦੀ ਤੇ ਸਾਡੀ ਮੁਹੱਬਤ ਨਾਲ ਮੰਨੂ ਹੋਣ ਦੇ ਬਾਵਜੂਦ ਸਾਡੀਆਂ ਤੋਂ ਫਿਰ ਵੀ ਬਹਿਰੀਨ ਦੇ ਥਰੂ ਪਾਕਿਸਤਾਨ ਆਏ ਨੇ ਸਿਰਫ ਸਾਡੇ ਭਾਈਆਂ ਦਾ ਸ਼ੌਕ ਵੇਖਣ ਸਾਡੇ ਉਸਤਾਦ ਦੇ ਮੁਹਤਰਮ ਨੂੰ ਮਿਲਣ ਆ ਸਕਦੇ ਇਹ ਜਨਾਬ ਇਹਦੇ ਜਹਾਜੀ ਸਾਹਿਬ ਦੀ ਬੜੀ ਕਾਵਿਸ਼ ਹੈ ਕਿਉਂ ਜੀ ਮੇਜ਼ਬਾਨੀ ਦੇ ਫਰਾਈ ਸਰ ਅੰਜਾਮ ਦਾ ਰਹੇ ਨੇ ਹਾਂ ਬਿਲਕੁਲ ਜੀ ਬੜੇ ਜਨਾਬ ਦਰੀਨਾ ਦੋਸਤ ਨੇ ਸਾਥੀ ਨੇ ਸਾਡੀ ਪਾਰਟੀ ਨੂੰ ਨੁਮਾਇੰਦਗੀ ਕਰ ਰਹੇ ਨੇ ਹਾਜੀ ਸ਼ਫਕਤ ਸਾਹਿਬ ਢੀਂਡਸੇ ਪਿੰਡ ਚੱਕ ਸਾਦਾ ਉਸਤਾਦ ਸੂਫੀ ਅਰਸ਼ਾਦ ਸਾਹਿਬ ਨੇ ਜਨਾਬ ਉਹਨਾਂ ਦੇ ਸ਼ਾਗਿਰਦਰੀ ਛਾਤਰੀ ਅਸੀਂ ਅੱਜ ਦੀ ਤਕਰੀਬ ਹੈ ਅਤੇ ਖਸੂਸੀ ਜਿਹੜੀ ਗੱਲ ਹੈ ਅਸੀਂ ਵੈਲਕਮ ਕਰਦੇ ਹਾਂ ਉਸਤਾਦ ਰਾਸ਼ਦ ਸਾਹਿਬ ਨੂੰ ਸੰਭੜਿਆਲ ਤੋਂ ਤਸ਼ਰੀਫ ਲੈ ਕੇ ਆਏ ਨੇ ਨਾਲ ਉਹਨਾਂ ਨੂੰ ਪਤਾ ਸੀ ਇੱਕ ਮਹਿਮਾਨ ਹੈ ਖਾਸ ਕਿਉਂ ਜੀ ਉਸਤਾਦ ਹਨੀ ਹਲਾਲ ਸਾਹਿਬ ਆਏ ਨੇ ਉੱਥੋਂ ਦੇ ਸੰਭੜਿਆਲ ਵੀ ਬਲਕਿ ਗਏ ਨੇ ਵਿਜ਼ਿਟ ਕੀਤਾ ਇਹਨਾਂ ਨਾਲ ਹੀ ਤੁਸੀਂ ਥੋੜੀ ਜੀ ਰੋਸ਼ਨੀ ਕਰਨੀ ਹੈ ਇੱਕ ਤਸ਼ਰੀਹ ਕਰਿਆ ਜਾਏ ਇਸ ਇਲਾਕੇ 'ਚ ਤੁਸੀਂ ਟੂਰਨਾਮੈਂਟ ਵੀ ਕਰਾਉਂਦੇ ਹੋ ਬਾਕੀ ਸਾਡੇ ਦੋਸਤ ਨੇ ਤੇ ਮਾਨੀ ਮਲਕ ਸਾਹਿਬ ਸਾਡਾ ਭਾਈ ਹੈ ਉਸਤਾਦ ਜਾਨ ਸਾਹਿਬ ਨੇ ਹੋਰ ਸਾਡੇ ਨਾਲ ਰਲ ਮਿਲ ਕੇ ਸ਼ੌਕ ਕਰਦੇ ਨੇ ਅੱਛੇ ਟੂਰਨਾਮੈਂਟ ਮਾਸ਼ਾਅੱਲਾ ਹੁੰਦੇ ਨੇ ਸਾਡੇ ਪਹਿਲਾਂ ਨਾਗਾਵਾਰ ਤੇ ਹੁੰਦੇ ਸਨ ਪਹਿਲੇ ਲਗਾਤਾਰ ਹੁੰਦੇ ਸਨ ਹੁਣ ਨਾਗਾਵਾਰ ਤੇ ਅਸੀਂ ਸ਼ੌਕ ਕਰਦੇ ਹਾਂ ਹੁਣ ਵੀ ਅਸੋਂ ਦੇ ਵਿੱਚ ਫ੍ਰੀ ਇੰਟਰੀ ਵੀ ਮੇਰਾ ਦੋਸਤ ਆ ਭਤੀਜਾ ਮੇਰੇ ਨੇ ਕੱਪ ਦਿੱਤਾ ਸਾਡੇ ਦੋਸਤਾਂ ਨੇ ਉਂਝ ਵੀ ਇੰਟਰੀ ਵਾਲੇ ਵੀ ਕੱਪ ਕਰਾਏ ਨੇ ਮਾਸ਼ਾਅੱਲਾ ਅੱਛਾ ਸ਼ੌਕ ਹੋਇਆ ਅਲਹਮਦੁਲਿਲਾ ਬੜੇ ਅੱਛੇ ਦੋਸਤ ਨੇ ਸਾਡੇ ਇਲਾਕੇ ਦੇ ਅੱਛਾ ਸ਼ੌਕ ਮੈਂ ਇਹ ਸਭ ਪੁੱਛਣ ਦਾ ਮਕਸਦ ਇਹ ਸੀ ਕਿ ਜਿਹੜਾ ਤੁਸੀਂ ਦੇ ਲੋਕ ਗੈਰ ਮੌਜੂਦ ਤੁਹਾਡੀ ਗੈਰ ਮੌਜੂਦ ਕਿ ਜਿਹੜੇ ਦੋਸਤ ਤੁਹਾਡੇ ਨੇ ਉਹ ਬਾਹਵਾਂ ਬਣੇ ਨੇ ਉਹਨਾਂ ਦਾ ਵੀ ਨਾਂ ਲੈਣਾ ਜ਼ਰੂਰੀ ਹੈ ਕਿਉਂਕਿ ਤੁਹਾਡੀ ਗੈਰ ਮੌਜੂਦਗੀ 'ਚ ਤੁਸੀਂ ਉਹ ਨੁਮਾਇੰਦਗੀ ਕਰਦੇ ਨੇ ਤੁਹਾਡੇ ਮੁਹਤਰਮ ਮਾਸ਼ਾਅੱਲਾ ਉਸਤਾਦ ਜਾਨ ਸਾਹਿਬ ਨੇ ਉਸਤਾਦ ਕਾਸ਼ੀ ਸਾਹਿਬ ਨੇ ਮਲਕ ਇਮਰਾਨ ਸਾਹਿਬ ਨੇ ਮਾਸ਼ਾਅੱਲਾ ਕਾਸ਼ੀ ਰਾਂਝਾ ਸਾਹਿਬ ਨੇ ਹਾਂਜੀ ਇੱਕ ਜਨਾਬ ਸਾਡੇ ਅਲੀ ਚੀਮਾ ਸਾਹਿਬ ਨੇ ਸਪੇਨ ਬੈਠੇ ਭਤੀਜਾ ਮੇਰਾ ਸਾਰੇ ਦੋਸਤ ਐਡ ਨੇ ਮੇਰੇ ਨਾਲ ਤੇ ਮੈਂ ਸੋ ਕਹਿ ਰਿਹਾ ਸੰਗ ਚਲੋ ਸਾਹਿਬ ਨੇ ਮਸਾਕੇ ਵਾਲੀ ਤੋਂ ਹਾਫਜ਼ ਅਮਾਰ ਸਾਹਿਬ ਨੇ ਡੋਗਰਾ ਵਾਲੇ ਤੋਂ ਕੋਈ ਸਾਥੀ ਨੇ ਸਾਡੇ ਭਾਈ ਨਜ਼ੀਰ ਅਲੀ ਮਾਸ਼ਾਅੱਲਾ ਮਿਲ ਕੇ ਇਹਨਾਂ ਦੀਆਂ ਮੇਰੇ ਨਾਲੋਂ ਜ਼ਿਆਦਾ ਕੋਸ਼ਿਸ਼ਾਂ ਨੇ ਕਿਉਂਕਿ ਦੇਸ਼ ਵਿੱਚ ਬੈਠੇ ਨੇ ਮੈਂ ਤੇ ਅਲਹਮਦੁਲਿਲਾ ਅੱਛਾ ਸ਼ੌਕ ਬਿਲਕੁਲ ਜੀ ਗੁਜਰਾਂ ਦੀ ਨਾਮਵਰ ਸ਼ਖਸੀਅਤ ਅੱਜ ਕੱਲ ਅੱਜ ਸਾਡੀ ਖਸੂਸੀ ਨਿਸ਼ਸਤ ਹੈ ਮੌਲਵੀ ਸਿਆਣਾ ਸਾਹਿਬ ਅਲ ਮਾਰੂਫ ਮੌਲਵੀ ਸਿਆਣਾ ਨੇ ਉਸਤਾਦ ਸੂਫੀ ਅਰਸ਼ਾਦ ਸਾਹਿਬ ਨੇ ਬੜੇ ਦੋਸਤ ਜਾਣਦੇ ਵੀ ਨੇ ਅੱਗੇ ਵੀ ਇਸ਼ਫਾਕ ਨਜ਼ੀਰ ਮੇਰਾ ਸ਼ੌਕ ਦੇ ਪਲੇਟਫਾਰਮ ਤੋਂ ਇਹਨਾਂ ਦੋਸਤਾਂ ਦੀ ਬੜੀ ਅਸੀਂ ਦੇਖਣ ਵਾਲੇ ਦੋਸਤ ਇਹਨਾਂ ਦੇ ਫੈਨ ਨੇ ਸੂਫੀ ਅਰਸ਼ਾਦ ਸਾਹਿਬ ਨੇ ਪਹਿਲੀ ਜੇ ਦਵਾ ਗੋਵਾਂ ਜਨਾਬ ਉਹਨਾਂ ਦੀ ਸਿਹਤ ਤੰਦਰੁਸਤੀ ਵਾਸਤੇ ਅਸੀਂ ਤੇ ਜਦੋਂ ਹਾਲੀਆ ਉਹਨਾਂ ਨੂੰ ਅਟੈਕ ਹੋਇਆ ਸੀ ਫਾਲੀ ਦਾ ਸੂਫੀ ਅਰਸ਼ਾਦ ਸਾਹਿਬ ਨੂੰ ਅੱਲਾਹ ਤਾਲਾ ਨੂੰ ਸਿਹਤ ਤੰਦਰੁਸਤੀ ਦੇਣ ਮਾਸ਼ਾਅੱਲਾ
ਜਿਹੜੇ ਹਾਈ ਸਾਹਿਬ ਸ਼ਰਮੀਲੇ ਪਸੰਦ ਕਰਦੇ ਨੇ ਜੀ ਜੀ ਮਾਸ਼ਾਅੱਲਾ ਸਾਡੇ ਮੁਹਤਰਮ ਦੇ ਘਰ ਦੇ ਸ਼ਰਮੀਲੇ ਜਿਹੜੇ ਨੇ ਉਹ ਇਹਨਾਂ ਕੋਲ ਕਾਫੀ ਤਦਾਦ ਹੈ ਇਹ ਸਾਡੇ ਲਈ ਖਸੂਸੀ ਇਹਨਾਂ ਨੂੰ ਪੁੱਛੋ ਸਵਾਲ ਇੱਕ ਉੱਥੇ ਅਰਬ ਵਿੱਚ ਦੇ ਖਲੀਜੀ ਮਮਾਲਕ ਦੇ ਵਿੱਚ ਦੇ ਟੈਡੀ ਗੋਲਡਾਂ ਦਾ ਰਾਜ ਹੈ ਇਹਨਾਂ ਨੂੰ ਐਸੀ ਕਿਹੜੀ ਗੱਲ ਪਸੰਦ ਆਈ ਹੈ ਟੂਰਨਾਮੈਂਟਾਂ ਦਾ ਜ਼ਿਆਦਾ ਤਦਾਦ ਸਿਆਲਕੋਟੀ ਪਿੰਡ ਉੱਥੋਂ ਦੀ ਜਿਹੜੀ ਗਰਮੀ ਹੈ ਨਾ ਅੜਤਾਲੀ ਪੰਜਾਹ ਟੈਂਪਰੇਚਰ ਅਮੂਮਨ ਉੱਥੇ ਜ਼ਿਆਦਾ ਸਿਆਲਕੋਟੀ ਦੇ ਨਾਲ ਅੱਛਾ ਰਿਜ਼ਲਟ ਭਾਈ ਸਾਹਿਬ ਕਿਹੜੇ ਉਹ ਬਟੇਰੇ ਨੇ 100 ਨਹੀਂ 200 ਬਣਾ ਛੱਤ ਵਾਲੇ ਕਬੂਤਰ ਅੱਛੇ ਨੇ ਹਾਂਜੀ ਕੋਈ ਮਖਸੂਸ ਜਿਹੜੀ ਨਾ ਸਰ ਅੱਛੇ ਨੇ ਮਾਸ਼ਾਅੱਲਾ ਉਹਨਾਂ ਦੇ ਵਿੱਚ ਫਿਰੋਜ਼ਪੁਰੀ ਕਬੂਤਰ ਵੀ ਅੱਛੇ ਨੇ ਉੱਥੇ ਅੱਛਾ ਰਿਜ਼ਲਟ ਹੈ ਮੱਗਰ ਕਬੂਤਰ ਜਿਹੜੇ ਨੇ ਉਹਨਾਂ ਦਾ ਨਾਲ ਸ਼ਰਮੀਲਾ ਦੇ ਕਲਾਸ ਪਾ ਕੇ ਵੀ ਅਸੀਂ ਡਾਇਆ ਬਹੁਤ ਅੱਛਾ ਸ਼ਰਮੀਲਿਆਂ ਕਬੂਤਰ ਨੂੰ ਅਸਾਂ ਗੋਲਡ ਕਬੂਤਰਾਂ ਦੇ ਕਬੂਤਰਾਂ ਉਹਨਾਂ ਦਾ ਬੜਾ ਅੱਛਾ ਰਿਜ਼ਲਟ ਹੈ ਸਾਡੇ ਕੋਲ ਮਾਸ਼ਾਅੱਲਾ ਪੂਰੇ ਸਾਊਦੀਆ ਦੇ ਕੱਪ ਦਾ ਵੀ ਇਹ ਜਿਹੜਾ ਅਬੂ ਸਾਊਦ ਚੈਂਪੀਅਨ ਰਹਿ ਚੁੱਕਿਆ ਪਿਛਲੇ ਸਾਲ ਤਿੰਨਾਂ ਕੱਪਾਂ ਦਾ ਪੂਰੇ ਸਾਊਦੀਆ ਦਾ ਕੱਪ ਦਾ ਪੂਰੇ ਦਾ ਚੈਂਪੀਅਨ ਰਹਿ ਚੁੱਕਿਆ ਔਰ ਤਿੰਨਾਂ ਕੱਪਾਂ ਦੇ ਵਿੱਚ ਵਿਨਰ ਪ੍ਰਵਾਦ ਵੀ ਇਹਦੇ ਕਬੂਤਰ ਦੀ ਹੋਈ ਹੈ ਜਿਹੜਾ ਕਿ ਕਬੂਤਰ ਅਸੀਂ ਮਾਸ਼ਾਅੱਲਾ ਉਸਤਾਦਰਾਂ ਦੇ ਘਰ ਦੀ ਨਸਲ ਨੂੰ ਉੱਥੇ ਕਬੂਤਰਾਂ ਨਾਲ ਕ੍ਰਾਸ ਕਰਕੇ ਸ਼ਾਮੀ 7:15 ਵਜੇ ਦੀਆਂ ਉਹਦੀਆਂ ਪ੍ਰਵਾਦਾਂ ਨੇ ਮਾਸ਼ਾਅੱਲਾ ਅੱਛੇ ਉਹਨੇ ਉੱਥੋਂ ਦਾ ਪੂਰੇ ਸਾਊਦੀਆ ਦਾ ਮੁਲਤਕ ਸ਼ਰਕੀਆ ਦਾ ਵੀ ਚੈਂਪੀਅਨ ਹੈ ਅਤੇ ਪੂਰੇ ਸਾਊਦੀਆ ਦਾ ਵੀ ਕੱਪ ਜਿਹੜੇ ਹੋਏ ਨੇ ਉਹਨਾਂ ਦੇ ਪਿਛਲੇ ਸਾਲ 'ਚ ਬੈਠੇ ਚੈਂਪੀਅਨ ਸੂਫੀ ਸਾਹਿਬ ਕਿਹੜੇ ਜਾਨਵਰ ਜਿਹੜੇ ਤੁਸੀਂ ਸ਼ੌਕ ਕਰਾ ਰਹੇ ਨੇ ਹਾਂਜੀ ਮੇਨ ਕਬੂਤਰ ਅੱਛਾ ਜਿਹਦੇ ਤੋਂ ਅਸੀਂ ਨਾ ਕਾਫੀ ਮਹਾਨ ਪੀਸ ਬਣਾਏ ਨੇ ਚਾਰ ਪੰਜਾਂ ਜੋੜਿਆਂ ਤੋਂ ਤਕਰੀਬਨ ਮਸਲ ਇਹ ਮੇਨ ਹੈ ਜੜ ਇਹ ਵੇ ਹਾਂ ਮੇਨ ਹੈ ਦੋਸਤੋ ਸੂਫੀ ਸ਼ਾਹ ਸਾਹਿਬ ਨਾਲ ਥੋੜੀ ਉਹਨਾਂ ਆਪਣੇ ਅਲਫਾਜ਼ਾਂ ਦੀ ਅਦਾਇਗੀ ਕਰਾਂਗੇ ਜੀ ਉਸਾਦ ਜੀ ਮੇਨ ਨਾਰੇ ਹੈ ਇੱਕ ਜੋੜੇ ਤੋਂ ਕਹਿ ਰਹੇ ਸੋ ਬਣਾਏ ਨੇ ਸਾਰੇ ਜਣੇ ਅੱਛਾ ਠੀਕ ਮਸਲਾ ਉਹ ਤੁਸੀਂ ਜਿਹੜੀ ਬਰੀਡ ਚਲਾਉਂਦੇ ਹੋ ਪਿਆ ਆਪਸ ਵਿੱਚ ਅੱਗੇ ਪਿੱਛੇ ਕਰਕੇ ਉਸਤਾਦ ਅਰਸ਼ਦ ਰਾਸ਼ਦ ਸਾਹਿਬ ਕਰ ਰਹੇ ਨੇ ਸ਼ੌਕ ਦੋਸਤੋ ਬਰੀਡਿੰਗ ਦੇ ਜਿਹੜੇ ਤਮਾਮ ਤਰ ਫਰਾਈਜ਼ ਨੇ ਸੂਫੀ ਅਰਸ਼ਾਦ ਸਾਹਿਬ ਸੂਫੀ ਮੌਲਵੀ ਸਿਆਣਾ ਸਾਹਿਬ ਜਿਹੜੇ ਨੇ ਨਾ ਇੱਥੇ ਤੀਨਸੇ ਗਾਂਵ 'ਚ ਸ਼ਗਿਰਦ ਦੀ ਛਾਤਰੇ 'ਚ ਕੀ ਨਾਮ ਹੈ ਭਾਈ ਇਹਨਾਂ ਦਾ ਸ਼ਮਰ ਹਾਂ ਸਮਰ ਮਲਕ ਮਾਨੀ ਮਲਕ ਇਮਰਾਨ ਮਲਕ ਮਾਨੀ ਤੋਂ ਜੋ ਜਾਣਦੇ ਨੇ ਇਹਨਾਂ ਦੀ ਛਾਤਰੇ ਸ਼ੌਕ ਕਰ ਰਹੇ ਹਾਂ ਸ਼ਗਿਰਦ ਸੂਫੀ ਅਰਸ਼ਾਦ ਸਾਹਿਬ ਅਲਮਾਰੂਫ ਮੌਲਵੀ ਸਿਆਣਾ ਉਸਤਾਦ ਹਨੀ ਹਲਾਲ ਸਾਹਿਬ ਸ਼ੌਕ ਕਰ ਰਹੇ ਨੇ ਨਾਲੇ ਬਰੀਡਰ ਕਬੂਤਰਾਂ ਦਾ ਹਾਂਜੀ ਸ਼ਫਕਤ ਸਾਹਿਬ ਨੇ ਇਹ ਮੇਜ਼ਬਾਨੀ ਦੇ ਫਰਾਈ ਸਰ ਅੰਜਾਮ ਦੇ ਰਹੇ ਨੇ ਪਾਕਿਸਤਾਨ ਦੇ ਵਿੱਚ ਬਹੁਤ ਥੱਲੇ ਆ ਇਸ ਕਾਬਲ ਲੇਕਿਨ ਸਾਡਾ 20-25 ਸਾਲ ਦਾ ਜਿਹੜਾ ਤਜਰਬਾ ਨਾ ਉਹਦੇ ਵਿੱਚ ਅਸੀਂ ਇਹ ਹੀ ਸਿੱਖਿਆ ਕਿ ਕਬੂਤਰ ਦਾ ਬਲੱਡ ਅੱਛਾ ਹੋਣਾ ਪਹਿਲੇ ਨੰਬਰ 'ਤੇ ਜ਼ਰੂਰੀ ਹੈ।
ਦੂਸਰੇ ਨੰਬਰ ਤੇ ਦਾ ਬਾਡੀ ਸਟੇਚਰ ਠੀਕ ਹੈ ਤੋ ਅੱਛਾ ਪਾਟਾ ਪਰਵਾਹ ਵੀ ਉਹੀ ਕਰੇਗਾ ਪਰ ਪਰਫਾਰਮਰ ਵੀ ਉਹੀ ਹੈ ਹਮੇਸ਼ਾ ਕਬੂਤਰ ਜਿਹੜੇ ਨੇ ਅੱਛੇ ਬਲੱਡ ਦੇ ਆਪਸ ਕਰਦੇ ਦੂਸਰਾ ਜਿਹੜਾ ਸ਼ੌਕ ਵਾਲਾ ਕਬੂਤਰ ਮੇਨ ਜਿਹੜਾ ਯਾਨੀ ਕਬੂਤਰ ਦਾ ਆਪਣੀ ਬਲੱਡ ਲਾਈਨ ਦੇ ਵਿੱਚ ਖਾਲਸ ਹੋਣਾ ਹਾਂਜੀ ਜਿਹੜੇ ਕਬੂਤਰ ਨੇ ਤਕਰੀਬਨ ਅਸੀਂ 200 ਸ਼ੌਕ ਕੀਤਾ ਤੁਸੀਂ ਅੱਛਾ ਬਲੱਡ ਬਹੁਤ ਅੱਛੇ ਬਾਡੀ ਸਟ੍ਰਕਚਰ ਕਬੂਤਰ ਹੈ ਇਹ ਮੇਨ ਕਬੂਤਰ ਇਹਨਾਂ ਦਾ ਜਿਹਦੀ ਆਲ ਔਲਾਦ ਹੈ ਮਾਦੀ ਤਿਆੜੀ ਸੀ ਇਹ ਨਾਰੇ ਵੇ ਕੋਈ ਵੀ ਨਾਮ ਦੇ ਲਵੇ ਲੋਕ ਤੁਸੀਂ ਕਹਿ ਸਕਦੇ ਕਰਕੇ ਪਰਫਾਰਮੈਂਸ ਕਰਕੇ ਘਰ ਵਾਪਸ ਆਏ ਯਾਨੀ ਉਹ ਆਪਣੇ ਬਲੱਡ ਦੀ ਨੁਮਾਇੰਦਗੀ ਕਰੇਗਾ ਨੁਮਾਇੰਦਗੀ ਜ਼ਰੂਰ ਰਿਜ਼ਲਟ ਅੱਛਾ ਦੇਗਾ ਫੜ ਦਰਾ ਮਾਸ਼ਾਅੱਲਾ ਮੈਂ ਦੋਸਤਾਂ ਤੋਂ ਸ਼ੌਕ ਕਰਾਉਂਦਾ ਹਾਂ ਮਾਸ਼ਾਅੱਲਾ ਉਹਨਾਂ ਦੇ ਟੈਡੀ ਕਬੂਤਰ ਨੇ ਸਤਾਰ ਮਾਨੀ ਸਾਹਿਬ ਮੇਨ ਕਬੂਤਰ ਦੋਸਤੋ ਬਰੀਡਰ ਜਿਹੜਾ ਵੱਡਾ ਇਸ ਤੋਂ ਤੁਹਾਨੂੰ ਫੜ ਕੇ ਪੱਲਿਆਂ ਨਾਲ ਸ਼ੌਕ ਕਰਾ ਰਹੇ ਆ ਮੇਰੇ ਕਬੂਤਰ ਜਿਹੜਾ ਨਾ ਸੀ ਇਹ ਸੂਫੀ ਸ਼ਾਹ ਸਾਹਿਬ ਦੇ ਹੱਥ ਦਾ ਲੱਗਾ ਜੋੜਾ ਇਹਦੀ ਸਾਰੀ ਔਲਾਦ ਛੱਤ ਦੇ ਉੱਤੇ ਨਾ ਭਰਪੂਰ ਜਿਹੜਾ ਨਾ ਰਿਜ਼ਲਟ ਦੇ ਰਹੀ ਹੈ ਛੱਤ ਸ਼ੌਕ ਵੀ ਕਰ ਰਹੀ ਨਹੀਂ ਛੱਤ ਇਨਸ਼ਾਅੱਲਾ ਕੋਈ ਸੀਜ਼ਨ ਦੇ ਵਿੱਚ ਸ਼ੌਕ ਵੀ ਕਰਨਗੇ ਫੀਲਿੰਗ ਦੇ ਦੋਸਤ ਤੋਂ ਜਿਹੜਾ ਕੋਈ ਜਿਹਨੇ ਹੱਥ 'ਚ ਫੜਿਆ ਉਹ ਵੀ ਮਹਿਸੂਸ ਕਰ ਸਕਦਾ ਸਾਰੇ ਫੜ ਕੇ ਚਾਹ ਵਾਲੇ ਨਿਕਲੇ ਅਲੀ ਦੇ ਕੋਟ ਅਲੀ ਦੇ ਕੋਟ ਨਿਕਲਿਆ ਬੁੱਕੇ ਨਿਕਲਿਆ ਜਨਾਬ ਇਹਨਾਂ ਦੇ ਵਿੱਚੋਂ ਪੈਣਾ ਅੱਛਾ ਅੱਛਾ ਇਹ ਨਾਰਾ ਲੈਦਾ ਮਸਲੇ ਬਾਹਰ ਦਾ ਪਾਰੇ ਗੋਲਡਨ ਹੀ ਗੋਲਡਨ ਕਲਰ ਦੇ ਵਿੱਚ ਕਬੂਤਰ ਇਹ ਵੀ ਇੱਕ ਜਿਹੜਾ ਦੋਸਤਾਂ ਨੇ ਇਜ਼ਾਫਾ ਕੀਤਾ ਸ਼ੌਕ ਵਿੱਚ ਬਿਲਕੁਲ ਵੇਖੋ ਜੀ ਨਾਮ ਕੋਈ ਵਾਈਟ ਗੋਲਡ ਰੱਖ ਲੈਂਦਾ ਨਾਮ ਦਿੱਤਾ ਤੁਸੀਂ ਲੱਸਾਂ ਵਾਲੇ ਕਬੂਤਰ ਬੇਸਿਕ ਹੈ ਇੱਕ ਮਗਰ ਕਬੂਤਰ ਹੀ ਨਹੀਂ ਇਹ ਜਿਹੜਾ ਸਾਰਿਆਂ ਨੇ ਮੇਨ ਕਬੂਤਰ ਤੁਸੀਂ ਉਹਦੀ ਗਾਲਾਂ ਵੇਖਿਆ ਨੇ ਉਹਦੀ ਹੀ ਲਾਦ ਮਾਸ਼ਾਅੱਲਾ ਯਾਨੀ ਕਿ ਬੂਟਾ ਆਵੇ ਮਗਰ ਇਹਦਾ ਸਾਰਾ ਫਲ ਲੱਗਿਆ ਹੈ ਕਬੂਤਰ ਆ ਸ਼ਮ ਆਇਆ ਨਾ ਜੀ ਕੋਈ ਉਹਦੀ ਹੀ ਲਾਦ ਜੀ ਹਲੋ ਆਪ ਸਾਰੀ ਗੱਲ ਕਰਾਂ ਫਿਰ ਕਰਾਣੇ ਆ ਸ਼ੋ ਹਾਂਜੀ ਇਹ ਕੋਈ ਮੇਨ ਪੁਆਇੰਟ ਸੀ ਤੁਸੀਂ ਲੈ ਆਇਓ ਭਾਈ ਜਾਨ ਵਜ਼ਾਹਤ ਕਰਨਾ ਚਾਹੁੰਦਾ ਨਹੀਂ ਕੀ ਵਜ੍ਹਾ ਤੁਸੀਂ ਇੱਕ ਮਾਦੀ ਨਾਲ ਚਾਰ ਪੰਜ ਨਾਲ ਲਾਏ ਨੇ ਮਾਦੀ ਕਿਉਂ ਨੀ ਬਦਲੀ ਮਾਦੀ ਕਿਉਂ ਨੀ ਬਦਲੀ ਮਾਦੀ ਮੰਗਵਾਈ ਨੀ ਤੁਸੀਂ ਹਾਂ ਕਿਉਂ ਅਸਲ ਦੇ ਕੰਮ ਦਿਖਾਉਣਾ ਗੱਲ ਪੁੱਛਣ ਵਾਲਾ ਜਿਹੜੀ ਕਿਉਂ ਜੀ ਮੇਰੇ ਜਨਾਬ ਤਰਜ਼ੇ ਬਿਆਨ ਹੀ ਮਸ਼ਹੂਰ ਹੈ ਕਿ ਮੈਂ ਝੱਕਦਾ ਨਹੀਂ ਤੇ ਦੋਸਤਾਂ ਕੋਲ ਝੱਕਣਾ ਨਹੀਂ ਚਾਹੀਦਾ ਮੇਨ ਕਬੂਤਰੀ ਦਾ ਸ਼ੌਕ ਕਰਾਵਾਂਗੇ ਦੋਸਤ ਲੈਣ ਗਏ ਨੇ ਭਾਜੀ ਹੁਣ ਤੁਸੀਂ 2 ਵਜੇ ਦਰਵੇਸ਼ ਕਿਉਂ ਹਾਂ ਤੇ ਤੁਹਾਨੂੰ ਕਿਹਾ ਸੀ 5:30 ਵਜੇ ਪਹੁੰਚਾਂਗੇ ਤੇ ਅਸੀਂ ਆਏ ਬਸ ਨਿਕਲਣ ਲੱਗਿਆ ਮਾਸ਼ਾਅੱਲਾ
دوسرا گولڈن کبوتر ہے دوسرا کبوتر کا پلہ ہے بہترین پلہ ہے ریشم کبوتر ہے نرم ملائم نرم ملائم لسانہ کبوتر دوست نال کہندے نے ملک مانی صاحب سفیر شاہ صاحب نے اپنے ہتھی جوڑا لایا جڑا تیل تو دے سکتے ہیں تقریباً اج کل اچھے کبوتروں کے تیلا بند ہی ہوندیاں جو کہ کسی تار تے محتاج نہیں اور استاد سفیر شاہ صاحب جڑے نے انہاں دی 21 22 سالاں دی محنت ہے کہ انہاں انہاں پرندیاں نوں مینٹین کر کے رکھیا ہے اور جناب ملک عمران صاحب جڑے جنہاں ملک مانڈے دے نال سارے جاندے ہیں بھائی جی سامنے کھڑے نے سر السلام علیکم سر بہت شکریہ تہاڈا جناب تسی ٹائم دتا سانو اور ساڈی ویڈیو دی شان پھر جناب شکر آ رہے ہیں تے جناب استاد حاجی شفقت صاحب جڑے نے انہاں دے نال استاد موئن وار کومن صاحب جڑے بڑے لاڈلے شاگرد نے سعودیا تو سپیشل ایتھے آئے نے ماشاءاللہ ہنی ہلال صاحب استاد ہنی ہلال صاحب جڑے نے انہاں دے بارے تسی کی کہنا چاہو گے تہاڈی چھت تے تشریف لے گئے نے سعودیا تو دیکھو جی کبینہ بھی سارے اوپر موجود ہے دوست بھرا میرے نے سارے سارے نال شوق کر دے استاد اجاز صاحب جڑے جو کہ خود بھی چیمپئن ہوئے نے ارگے جناب اسو دے دہانی چاہیے ایک مادی دے پنج نال دے بچیاں نے ماشاءاللہ شام شام دیاں پروازاں دتیاں دس نمبر مادی کھڑے رہی بس کلی ماشاءاللہ یہ رہتا کہ ماشاءاللہ انہاں دے بچے انہاں دے بچے ائی صاحب اس کبوتر دے ماشاءاللہ بڑا زیادہ سیٹل کرو دے پلیا شو 230 دا کبوتر ہے جڑا پہلا چینا سی ایک لسانا سی گولڈن تے ٹیڑی کبوتر پیارے دوستو استاد کا سایہ اللہ پاک سارے سرا سے سلامت رکھے کہ جنہیں ثابت کرتا ہے کہ واقعی کبوتر بنا کنو کہ سارے ایک بڑے پیارے استاد نے جناب اللہ پاک انہوں نے بھی زندگی دراز کرے استاد رانا منا صاحب وہ دوستوں اکثر دستے رہتے ہیں کہ لینس تو بغیر کبوتر نہیں ہوتا استاد حاجی صاحب اس گل کی نمائندگی کر رہے ہیں کہ کیوں کہ کبوتر کے پرا کی لینس تازہ ہونی چاہیے تھی دیکھو کبوتر دی لینتھ ہوندی ہے اے کس چیز دی نمائندگی کردی ہے لیکن ہمیشہ کبوتر شام دیا پرواز اچھا کبوتر اپنے جسم تو اپنے بلڈ تو پہچانا جاتا شریف لے کے آنا استاد حاجی شوکت صاحب دوستو ایک تہن ہور کلر دکھانے گولڈن کبوترا دا اے دیکھو سلارا ٹائپ پرندے بنے نے ماشاءاللہ استاد صوفی ارشاد صاحب ساڈے نال موجود نے کہ جنہاں دی 21 22 سالاں دی محنت ہے استاد ہنی ہلال صاحب جنہاں نے سعودی عرب تو ماشاءاللہ تشریف لے کے آئے نے پاکستان وہ خود شو کر رہے نے جناب تے سر تینوں پوچھو کیسا لگا شو جناب ماشاءاللہ بڑا زبردست کبوتر ہے بہت گھٹ کبوتر ہے لبے نے
بڑا اچھا کبوتر بڑا اچھا شوق ہے ماشاءاللہ بھائی منال دا استاد محترم دا ماشاءاللہ پروار دے نال نال اپنا لویا منوان دے نال خوبصورت جو یہ ساری کاوش جڑی ہے جناب میں لایا جا تو چھڈن زیادہ محنت کیتی اور محنت دے کبوتراں دے مقام تے پہنچے زبردست ہو گیا جی سر مین مادی ہے چار نران والا مادی میں پھیری ہے یہ ساری بریڈ ہے تقریباً یعنی واحد مرا تانی ذکر رکھو واحد مرا تانی ذکر اربع ذکر واحد نبی صلی اللہ علیہ وسلم نیلے کبوتر نیلے وہ بھی یہ دینے دو نیلے چلیے نیلے بھی یہ دینے ہاں جی تسی چار نران کی گل کر رہے ہو کہ چار نران دے نال ماجی میں پھیر کے کو بلڈ بنایا ہے انہاں دا اے دسو چار کیڑیاں نسلاں جنہاں دا مرکب تسی اس مادے دے نال بنایا ہے میں کالا کچھ چیزاں کبوتر ایک لایا اودے جو کالے بنے ٹھیک ہو گئے نسلاں لے کو میرے کبوتر لایا تھلا اور چھتالا یا جن شرمیلا وی کہنے اودے نال دوسرے نسل دے پر بن گیا وچ انہاں تے ایک ٹیڈی کبوتر لایا تے ٹیڈی پھر بنا تے ٹیڈی تے ویسے ہی ہے یعنی انہاں جو سلارے جناب استاد صوفی ارشاد صاحب دا جڑا کالے کلر دا ڈیڈیاں دا ماشاءاللہ جی اے او ماجی جڑی گل کر رہے ہیں کہ چار نال دی ویڈیو بنائی ہے ایک انہاں جو کلر ہے ویکھ ہاتھ جیا بنانا اے تسی دیکھو کالے جڑے بنے نے پورے نال جناب چیمپئن پرفارمنس دتی ملک مانی دے کول ہاں جی اے سائیڈ کراؤ پلے دا شو زمین نسل گڈ لک کہنے اگلے سیزن اللہ پاک کامیاب کرے اور جناب محنت کے نال کبوتر تسی بنائے نے اسی دے طور تے بھی تانوں جناب اپنا سرانے ہیں تہاڈے شوق نو کہ اللہ پاک تانوں ہور کامیاب نہ حق دار کرے چھڈو